ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਕਲਗੀਧਰ ਪਾਤਸ਼ਾਹ ਦੇ ਸਿਖਰਲੇ 52 ਵਚਨ ਲੜੀਵਾਰ ਆਪ ਸਭ ਦੇ ਸਨਮੁਖ ਕੀਤੇ ਜਾ ਰਹੇ ਨੇ ਤੇ ਚਲਦੀ ਹੋਈ ਲੜੀ ਹੋਣਾ ਇੱਕ ਤੋਂ ਸ਼ੁਰੂ ਹੋ ਕੇ ਚਲਦੀ ਚਲਦੀ ਸੰਤਾਲ ਨੇ ਬਚਨ ਤੇ ਪਹੁੰਚ ਗਈ ਹੈ। ਔਰ ਸਿਖਰਲੇ 52 ਬਚਨਾਂ ਚ ਕਲਗੀਧਰ ਪਾਤਸ਼ਾਹ ਦਾ 47ਵਾਂ ਬਚਨ ਹੈ ਸਿੱਖ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਹੈ। ਕੇਸਾਂ ਸਵਾਸਾਂ ਸੰਗ ਸਿੱਖੀ ਨਿਭਾਉਣ ਦਾ ਅਰਥ ਹੈ ਹਰ ਹਾਲਤ ਵਿੱਚ ਸਿੱਖੀ ਕਾਇਮ ਰੱਖਣੀ ਹੈ ਕੇਸ ਕਾਇਮ ਰੱਖਣਿਆਂ। ਇਹ ਨਹੀਂ ਦੇ ਸੋਖ ਵਿੱਚ ਸਿੱਖੀ ਰੱਖ ਲਈ ਤੇ ਜਦੋਂ ਕੋਈ ਔਖ ਸਮਾਂ ਆਇਆ ਕੋਈ ਔਖਾ ਸਮਾਂ ਆਇਆ ਉਦੋਂ ਸਿੱਖੀ ਛੱਡ ਦਿੱਤੀ ਸਵਾਸਾਂ ਸੰਗ ਜਦ ਤੱਕ ਸਵਾਸ ਚੱਲਦੇ ਨੇ ਉਦੋਂ ਤੱਕ ਕਿਸਾਂ ਵਾਲੀ ਸਿੱਖੀ ਕਾਇਮ ਰੱਖਣੀ ਆ ਇਸ ਬਚਨ ਦਾ ਸਾਰਨ ਸੇਹੀ ਹੈ ਸਿੱਖੀ ਕਿਸਾਂ ਸਵਾਸਾਂ ਸੰਗ ਕੈਮ ਰੱਖਣੀ ਸਿੱਖੀ ਵੀ ਕੈਮ ਰੱਖਣੀ ਹੈ ਕੇਸ ਵੀ ਕੈਮ ਰੱਖਣੇ ਨੇ ਕੇਸ ਕਿਉਂ ਕੈਮ ਰੱਖਣੇ ਨੇ ਸਿੱਖੀ ਦੇ ਨਾਲ ਇਹਦਾ ਜੇ ਕਿਸੇ ਅਰਥ ਸਮਝ ਨਾ ਹੋਵੇ ਤਾਂ ਸਤਗੁਰੂ ਦਾ ਉਹ ਬਚਨ ਜਿਹੜਾ ਹੈ ਕਲਗੀਧਰ ਪਾਸ਼ਾ ਦਾ ਕਲਗੀਧਰ ਪਾਸ਼ਾ ਨੇ ਐਲਾਨ ਕੀਤਾ ਕਿ ਕੇਸ ਗੁਰੂ ਦੀ ਮੋਹਰ ਹਨ ਕੇਸ ਗੁਰੂ ਦੀ ਮੋਹਰ ਹਨ ਇਹ ਆਪਾਂ ਸਤਗੁਰੂ ਦੇ ਹੁਕਮਨਾਮੇ ਵੀ ਜਾਣੇ ਆਂ ਤੇ ਨਾਲ ਹੀ ਸਤਿਗੁਰੂ ਨੇ ਹੁਕਮ ਕੀਤਾ ਕਿ ਗੁਰੂ ਕੀ ਮੋਹਰ ਨੂੰ ਗੁਰੂ ਦੇ ਬਰਾਬਰ ਹੀ ਸਤਕਾਰ ਦੇਣਾ ਹੈ ਸੁ ਕੇਸਾਂ ਦਾ ਸਤਕਾਰ ਗੁਰੂ ਦੇ ਬਰਾਬਰ ਕਰਕੇ ਜਾਨਣਾ ਔਰ ਬਾਖਵਿਆ ਕਲਗੀਧਰ ਪਾਸ਼ਾ ਦਾ ਸਤਿਗੁਰੂ ਨੇ ਸ਼ਾਪ ਗੁਰੂ ਕੀ ਗੁਰੂ ਸਮ ਜਾਣੋ ਕਿ ਗੁਰੂ ਦੀ ਸ਼ਾਪ ਨੂੰ ਗੁਰੂ ਦੀ ਮੋਹਰ ਨੂੰ ਗੁਰੂ ਦੇ ਸੰਮ ਕਰਕੇ ਜਾਣਨਾ ਗੁਰੂ ਦੇ ਬਰਾਬਰ ਕਰਕੇ ਸਤਿਕਾਰ ਦੇਣਾ ਸੋ ਕਿਸਾਂ ਦਾ ਸਤਿਕਾਰ ਸਤਿਗੁਰੂ ਦੇ ਬਰਾਬਰ ਰੱਖਣ ਦੀ ਗੱਲ ਕਲਗੀਧਰ ਪਾਸ਼ਾ ਨੇ ਸਤਿਗੁਰ ਨੇ ਆਪ ਕਹੀ ਹੈ ਔਰ ਕਿਸਨੂੰ ਇਨੀ ਵੱਡੀ ਮਹੱਤਾ ਦਿੱਤੀ ਗੱਲ ਕਲਗੀਧਰ ਪਾਸ਼ਾ ਨੇ ਇਹ ਕਲਗੀਧਰ ਪਾਸ਼ਾ ਨਹੀਂ ਕਲਗੀਧਰ ਪਾਸ਼ਾ ਹੀ ਜਾਣੇ ਨਹੀਂ ਤਾਂ ਹੁਕਮ ਤਾਂ ਇੱਕ ਵਾਰੀ ਬਹੁਤ ਹੁੰਦਾ ਪਰ ਸਤਿਗੁਰੂ ਦੁਹਰਾ ਦੁਹਰਾ ਕੇ ਗੱਲ ਆਖ ਰਿਹਾ ਜਦੋਂ ਪੰਜ ਕਕਾਰਾਂ ਦੀ ਗੱਲ ਚੱਲੀ ਰਹਿਤ ਰੱਖਣੀ ਪੰਜ ਕਕਾਰਾਂ ਦੀ ਤੇ ਪੰਜਾਂ ਕਕਾਰਾਂ ਚ ਸਭ ਤੋਂ ਸਰਮੋਰ ਕਕਾਰ ਕਕਾਰ ਜਿਹੜਾ ਉਹ ਕੇਸ ਆਖਿਆ ਗਿਆ ਕਲਗੀਧਰ ਪਾਸ਼ਾ ਨੇ ਚਾਰ ਕਕਾਰ ਬਾਹਰੋਂ ਦਿੱਤੇਗਾ ਪਰ ਕੇਸ ਕਕਾਰ ਆ ਜਿਹੜਾ ਕੁਦਰਤੀ ਤੌਰ ਤੇ ਨਾਲ ਹੈ ਉਹਨੂੰ ਕੇਸਾਂ ਦੀ ਸਾਂਭ ਸੰਭਾਲ ਤੇ ਕੇਸਾਂ ਦੀ ਸਾਂਭ ਸੰਭਾਲ ਕਰਨ ਲਈ ਨਾਲ ਕੰਗਾ ਵੀ ਦਿੱਤਾ ਕਕਾਰਾਂ ਦੇ ਰੂਪ ਚ ਔਰ ਕੇਸਾਂ ਦੀ ਸਾਂਭ ਸੰਭਾਲ ਲਈ ਕੇਸ ਕੀ ਸ਼ਬਦ ਵੀ ਆਪਾਂ ਵਰਤ ਲੈਨੇ ਆ ਦਸਤਾਰ ਉਹ ਵੀ ਦੇਤੀ ਪਰ ਜਿਹਦੇ ਕਕਾਰ ਤਿੰਨ ਹੋਰ ਦਿੱਤੇ ਕਿਸ ਤੇ ਕੰਗੇ ਤੋਂ ਇਲਾਵਾ ਤੇ ਸਾਨੂੰ ਕੜਾ ਦੇ ਦਿੱਤਾ ਸਾਨੂੰ ਕਿਸ਼ਹਰਾ ਦਿੱਤਾ ਸਾਨੂੰ ਕਿਰਪਾਨ ਦੇਤੀ ਤਾਂ ਕਿ ਕੇਸ ਜਦੋਂ ਕੇਸਾਂ ਦੇ ਉੱਤੇ ਦਸਤਾਰ ਆ ਗਈ ਦਸਤਾਰ ਤੁਹਾਡਾ ਤਾਜ ਬਣ ਗਿਆ ਤੇ ਦਸਤਾਰਾਂ ਤੇ ਤਾਜ ਉਹਦੇ ਸਿਰਾਂ ਤੇ ਕਾਇਮ ਰਹਿੰਦੇ ਨੇ ਜਿਹਦੇ ਹੱਥਾਂ 'ਚ ਤਾਕਤ ਹੋਵੇ ਜਿਹਦੇ ਹੱਥਾਂ 'ਚ ਤਾਕਤ ਨਹੀਂ ਹੋਗੀ ਉਹਦੇ ਸਿਰ ਤੇ ਕੋਈ ਤਾਜ ਵੀ ਨਹੀਂ ਰਹਿਣ ਦਿੰਦਾ ਸੋ ਕਿਰਪਾਨ ਵੀ ਨਾਲ ਦੇਤੀ ਤੇ ਤਾਕਤ ਕਿਰਪਾਨ ਹਥਿਆਰ ਸ਼ਸਤਰ ਦੇ ਦਿੱਤਾ ਪਰ ਜੱਤ ਸਤਨਾ ਤੁਹਾਡੀ ਤਾਕਤ ਕੈਮ ਰਹਿਣੀ ਹੈ ਸਰੀਰਕ ਤਾਕਤ ਤਾਂ ਕੈਮ ਰਹਿਣੀ ਇੱਕ ਇਸ਼ਾਰਾ ਵੀ ਦੇ ਦਿੱਤਾ ਸੋ ਸਾਰਾ ਸਾਰੀ ਸਿੱਖੀ ਜਿਹੜੀ ਕਿਸੇਨ ਦਵਾਰ ਦੇ ਵਲੇ ਘੁੰਮਦੀ ਹੈ ਕੇਸ ਨੇ ਤਾਂ ਕੰਗਾ ਹੈ ਕੰਗਾ ਤੇ ਨਾਲ ਕੇਸ ਦੀ ਦਸਤਾਰ ਹੈ ਉਹ ਵੀ ਕਿਸੇਨ ਨਾਲ ਜੁੜੀ ਹੋਈ ਤੇ ਫਿਰ ਦਸਤਾਰ ਦੀ ਰੱਖਿਆ ਦੇ ਲਈ ਸਿੱਖੀ ਦੀ ਰੱਖਿਆ ਦੇ ਲਈ ਕੇਸਾਂ ਦੀ ਰੱਖਿਆ ਦੇ ਲਈ ਤੁਹਾਨੂੰ ਸਤਗੁਰੂ ਨੇ ਕਿਰਪਾਨ ਵੀ ਦੇ ਦਿੱਤੀ ਤੇ ਸਾਨੂੰ ਤੁਹਾਨੂੰ ਤੁਹਾਡੀ ਜੱਤ ਸਤ ਕੈਮ ਰਹੇ ਤੁਹਾਡਾ ਸਰੀਰਕ ਬਲ ਕੈਮ ਰਹੇ ਉਹਦੇ ਲਈ ਸਤਗੁਰੂ ਨੇ ਇਸ਼ਾਰਾ ਵੀ ਦੇ ਦਿੱਤਾ ਸੋ ਸਾਰੀ ਸਿੱਖੀ ਜਿਹੜੀ ਆ ਕਿਸਾਂ ਦੇ ਦੁਆਰਾ ਦੁਆਲੇ ਹੁਮਦੀ ਇਸੇ ਕਰਕੇ ਹੀ ਸ਼ਾਇਦ ਭਾਈ ਨੰਦ ਲਾਲ ਜੀ ਨਾਲ ਜੋੜ ਕੇ ਜਿਹੜਾ ਵਾਕਿਆ ਜਾਂਦਾ ਹੈ ਕਿ ਪੰਜ ਜਿਹੜੇ ਸਿੱਖੀ ਦੇ ਇੱਕ ਕਾਰਨ ਨੇ ਉਹਨਾਂ ਚਾਰਾਂ ਦੀ ਗੱਲ ਪਹਿਲਾਂ ਕਰਕੇ ਭਾਈ ਨੰਦ ਲਾਲ ਜੀ ਕੰਗੇ ਦੀ ਗੱਲ ਕਰਕੇ ਕੜੇ ਦੀ ਗੱਲ ਕਰਕੇ ਇੱਕ ਸ਼ਰੀਰ ਦੀ ਗੱਲ ਕਰਕੇ ਕਿਰਪਾਨ ਦੀ ਗੱਲ ਕਰਕੇ ਬਾਅਦ ਚ ਕਹਿੰਦੇ ਨੇ ਕਿ ਬਿਨਾ ਕੇਸ ਇਹ ਜੁਮਲਾ ਨਿਸ਼ਾਨ ਜਿਹੜੇ ਮੈਂ ਇਹਨਾਂ ਧਿਆਰਾਂ ਦਾ ਜ਼ਿਕਰ ਕੀਤਾ ਹੈ ਇਹ ਸਾਰੇ ਨਿਸ਼ਾਨ ਜਿਹੜੇ ਨੇ ਕੇਸਾਂ ਤੋਂ ਬਿਨਾ ਤੁਸ਼ ਕਰਕੇ ਜਾਣੇ ਹੋ ਇਹਨਾਂ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਦਾ ਵਰਣਨ ਕਰ ਦਿੱਤਾ ਗਿਆ ਸੋ ਕੇਸਾਂ ਨੂੰ ਸੁਰਮੋਰ ਕਰਕੇ ਰੱਖਿਆ ਹੈ ਕਕਾਰਾਂ ਦੇ ਵਿੱਚ ਵੀ ਤੇ ਜਦੋਂ ਫਿਰ ਸਤਿਗੁਰੂ ਕੋ ਰਹਿਤਾਂ ਦੱਸਣ ਲੱਗੇ ਚਾਰ ਕਰਹਿਤਾਂ ਜਿਹੜੀਆਂ ਸਿੱਖ ਨੇ ਨਹੀਂ ਕਰਨੀਆਂ ਉਹਦੇ ਵਿੱਚ ਵੀ ਕਲਗੀਧਰ ਪਾਤਸ਼ਾਹ ਨੇ ਐਲਾਨ ਕਰ ਦਿੱਤਾ ਕਿ ਰੋਮਾਂ ਦੀ ਬਦਬੀ ਨਹੀਂ ਕਰਨੀ ਕੇਸਾਂ ਦੀ ਰੋਮਾਂ ਦੀ ਬਦਬੀ ਨਹੀਂ ਕਰਨੀ ਕਿਉਂਕਿ ਕੱਲੇ ਕੇਸ ਕਿਆਂ ਕਈ ਲੋਕ ਸਮਝਦੇ ਨੇ ਕਿ ਕੇਸ ਜਿਹੜੇ ਨੇ ਉਹ ਸਿਰ ਦੇ ਕੇਸ ਨੇ ਦਾੜੀ ਮੁੱਛਾਂ ਵੀ ਆ ਗਈਆਂ ਉਹਦੇ ਵਿੱਚ ਸਰੀਰ ਦੇ ਸਾਰੇ ਰੋਮਾਂ ਦੀ ਗੱਲ ਕੇਸ ਦੀ ਕਿਤੇ ਵਿਅਦਬੀ ਨਹੀਂ ਕਰਨੀ ਕੇਸਾਂ ਦੀ ਵਿਅਦਬੀ ਨਹੀਂ ਕਰਨੀ ਦਾੜੀ ਮੁੱਛਾਂ ਦੀ ਵਿਅਦਬੀ ਨਹੀਂ ਕਰਨੀ ਰੋਮਾਂ ਦੀ ਵਿਅਦਬੀ ਨਹੀਂ ਕਰਨੀ ਕੇਸਾਂ ਤੇ ਰੋਮਾਂ ਦੀ ਸਿੱਖ ਨੇ ਵਿਅਦਬੀ ਨਹੀਂ ਕਰਨੀ ਸੋ ਇਹ ਜਿਹੜਾ ਸਾਡਾ ਜਿਹੜਾ ਕੇਸ ਦੀ ਗੱਲ ਆਉਂਦੇ ਆਪਾਂ ਸਿਰ ਦੇ ਕੇਸ ਦਾੜੀ ਮੁੱਛਾਂ ਇਹ ਸਾਰੇ ਕੇਸ ਆ ਗਏ ਕੇਸਾਂ ਜਾ ਗਏ ਦਾ ਸਤਕਾਰ ਕਾਇਮ ਰੱਖਣਾ ਤੇ ਫਿਰ ਬਾਕੀ ਰੋਮਾਂ ਦੀ ਵਿਅਦਬੀ ਵੀ ਸਿੱਖ ਨੇ ਨਹੀਂ ਕਰਨੀ ਸੋ ਕਰਤ ਦੇ ਵਿੱਚ ਵੀ ਬਚਨ ਬਾਤਾਂ ਸਤ ਗੁਰ ਨੇ ਕੇਸਾਂ ਦੀ ਰੱਖਿਆ ਦਾ ਕੇਸ ਰੱਖਣੇ ਨੇ ਤੇ ਰਹਿਤ ਦੇ ਵਿੱਚ ਵੀ ਗੱਲਬਾਤ ਸੀ ਕਿ ਕੇਸ ਰੱਖਣੇ ਨੇ ਸੋ ਦੋਹਰੀ ਗੱਲ ਜਿਹੜੀ ਕੀ ਸਤਗੁਰੂ ਨੇ ਜਿੰਨੀ ਮਹੱਤਤਾ ਕੇਸਾਂ ਨੂੰ ਦਿੱਤੀ ਆ ਸ਼ਾਇਦ ਉਨੀ ਮਹੱਤਤਾ ਕਿਸੇ ਹੋਰ ਗੱਲ ਨੂੰ ਨਹੀਂ ਦਿੱਤੀ ਕਲਗੀਧਰ ਪਾਸ਼ਾ ਦੇ ਮਹੱਤਤਾ ਦੇਣ ਦਾ ਕਾਰਨ ਕੀ ਸਤਗੁਰੂ ਜਾਣੇ ਸਤਗੁਰੂ ਦੀ ਆ ਰਮਜਾ ਸਤਗੁਰੂ ਜਾਣੇ ਸਤਗੁਰੂ ਦੀ ਬਖਸ਼ਿਸ਼ ਆ ਸਤਗੁਰੂ ਨੇ ਬਖਸ਼ਿਸ਼ ਰੂਪ ਹੋ ਕੇ ਕੀਤਾ ਤੇ ਸਤਗੁਰੂ ਦੀ ਬਖਸ਼ਿਸ਼ ਨੂੰ ਵੀ ਸਤਗੁਰੂ ਜਾਣੇ ਪਰ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਤਗੁਰੂ ਜੀ ਕੇਸਾਂ ਨੂੰ ਕਿੰਨਾ ਵੱਡਾ ਮਹੱਤਵ ਮਾਤਵ ਦੇਦੇ ਨੇ ਕਿ ਰਹਿਤ ਦੇ ਵਿੱਚ ਵੀ ਕਹਿੰਦੇ ਨੇ ਕੇਸ ਰੱਖਣੇ ਨੇ ਤਕਰਾਤ ਦੇ ਵਿੱਚ ਵੀ ਕਹਿੰਦੇ ਨੇ ਕੇਸਾਂ ਦੀ ਬੇਦਬੀ ਨਹੀਂ ਕਰਨੀ ਤੇ ਫਿਰ ਜਦੋਂ 52 ਬਚਨ ਕਰਦੇ ਨੇ ਉਦੋਂ ਵੀ ਕਹਿ ਦਿੰਦੇ ਨੇ 47ਵਾਂ ਬਚਨ ਇਹੀ ਹੈ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਲਵਾਉਣੀ ਆ ਸਿੱਖੀ ਸਵਾਸਾਂ ਸੰਗ ਸੰਗ ਲਵਾਉਣੀ ਇਹ ਵੀ ਕਹ ਆਖਦੇ ਸੀ ਪਰ ਸਿੱਖੀ ਸਵਾਸਾਂ ਸੰਗ ਲਵਾਉਣੀ ਆ ਕਹਿ ਦਿੰਦੇ ਜੇ ਸਤਗੁਰੂ ਤੇ ਫਿਰ ਕੇਸਾਂ ਦੀ ਮਹੱਤਤਾ ਵਿੱਚੋਂ ਘਟਦੀ ਸੀ ਸਤਗੁਰੂ ਨੇ ਨਾਲ ਕੇਸਾਂ ਨੂੰ ਜੋੜ ਕੇ ਕਹਿੰਦਾ ਸਿੱਖੀ ਹੈ ਕਿ ਉਹ ਸਿੱਖੀ ਵੱਖਰੀ ਹੈ ਹੀ ਨਹੀਂ ਜੇ ਕੇਸਾਂ ਨਾਲ ਤਾਂ ਸਿੱਖੀ ਹੈ ਇਹਦਾ ਮਤਲਬ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਉਣੀ ਸਵਾਸਾਂ ਦੇ ਨਾਲ ਸਿੱਖੀ ਨਿਵਾਉਣੀ ਆ ਪਰ ਸਿੱਖੀ ਉਹ ਜਿਹੜੀ ਕੇਸਾਂ ਵਾਲੀ ਸਿੱਖੀ ਆ ਕੇਸਾਂ ਕੇਸਾਂ ਦੀ ਬੇਦਵੀ ਨਹੀਂ ਹੋਣ ਦੇਣੀ ਸਤਗੁਰੂ ਜੀ ਨੇ ਇਹ ਗੱਲ ਆਖ ਦਿੱਤੀ ਔਰ ਇੰਨਾ ਮਹੱਤਵ ਸਤਗੁਰੂ ਨੇ ਕਿਉਂ ਦਿੱਤਾ ਕੇਸਾਂ ਨੂੰ ਇਸੇ ਕਰਕੇ ਸ਼ਾਇਦ ਜਿਹੜੀ ਸਾਡੀ ਅਰਦਾਸ ਹੈ ਸਰਬੱਤ ਖਾਲਸਾ ਜੀ ਦੀ ਅਰਦਾਸ ਆਪਾਂ ਆਖ ਦਿੰਨੇ ਆ ਜਿਹੜੀ ਅਰਦਾਸ ਸਰਬਤ ਖਾਲਸਾ ਜੀ ਨੇ ਮੜਾਈ ਜਿਹੜੀ ਅਰਦਾਸ ਆਪਾਂ ਹੁਣ ਅਕਾਲ ਤਖਤ ਸਾਹਿਬ ਤੇ ਕਰਦੇ ਆਂ ਜਿਹੜੀ ਅਰਦਾਸ ਆਪਾਂ ਹਰਮੰਦਰ ਸਾਹਿਬ 'ਚ ਕਰਦੇ ਆਂ ਜਿਹੜੀ ਅਰਦਾਸ ਆਪਾਂ ਸਾਰੇ ਇਤਿਹਾਸ ਗੁਰਦੁਆਰਿਆਂ 'ਚ ਕਰਦੇ ਆਂ ਜਿਹੜੀ ਅਰਦਾਸ ਆਪਾਂ ਸਾਰੇ ਕਰਦੇ ਆ ਜਿਹੜੀ ਸਰਬ ਪ੍ਰਵਾਨਤ ਅਰਦਾਸ ਹੈ ਜਿਹਨੂੰ ਆਪਾਂ ਸਰਬਤ ਖਾਲਸਾ ਜੀ ਦੀ ਅਰਦਾਸ ਕਹਿ ਦਿੰਨੇ ਆ ਉਹਦੇ ਵਿੱਚ ਦੋ ਵਾਰੀ ਘਟੋ ਘਟ ਕੇਸਾਂ ਦਾ ਜ਼ਿਕਰ ਕੀਤਾ ਗਿਆ ਪੱਕੇ ਤੌਰ ਤੇ ਜਿਹੜਾ ਹੁੰਦਾ ਹੀ ਹੁੰਦਾ ਹੈ ਦੋ ਵਾਰੀ ਘਟੋ ਘਟ ਇੱਕ ਵਾਰੀ ਸ਼ਹੀਦਾਂ ਮਰੀਦਾਂ ਨੂੰ ਕੁਰਬਾਨੀ ਕਰਨ ਵਾਲਿਆਂ ਨੂੰ ਯਾਦ ਕਰਕੇ ਉਹ ਜਿਕਰਾ ਅਰਦਾਸ ਦਾ ਜੇ ਮੈਂ ਭੁੱਲਦਾ ਨਹੀਂ ਛੇ ਤੀਜਾ ਪੈਰਾ ਅਰਦਾਸ ਦਾ ਪਹਿਲਾਂ ਤਾਂ ਪ੍ਰਤਿਮ ਬਗਤੀ ਸਿਮਰ ਕੇ ਆ ਫਿਰ ਸਤ ਗੁਰੂ ਦਾ ਧਿਆਨ ਧਰ ਕੇ ਉਸ ਤੋਂ ਬਾਅਦ ਪੰਜਾਂ ਪੈਰਾਂ ਚੌਹ ਸਭਜਾਂ ਦੀ ਗੱਲ ਹੈ ਤੇ ਸਰਬਤ ਗੁਰਦੁਆਰਿਆਂ ਦੀ ਪੰਜਾਂ ਤਖਤਾਂ ਦੀ ਗੱਲ ਤੇ ਫਿਰ ਨਾਲ ਨਾਲ ਜਿਹੜਾ ਤੀਜਾ ਪੈਰਾ ਅਰਦਾਸ ਦਾ ਵੱਖਰਾ ਬਣ ਜਾਂਦਾ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਜਿਹੜਾ ਸ਼ਹੀਦਾਂ ਅਮਰੀਦਾਂ ਦੇ ਨਾਲ ਕੁਰਬਾਨੀਆਂ ਦੇ ਨਾਲ ਜੋੜ ਕੇ ਕਿਸਾਂ ਦੀ ਗੱਲ ਕੀਤੀ ਕਿ ਮੈਂ ਬਰਾ ਸਾਂਝਾ ਕਰੀ ਲੈਣਾ ਆਪ ਨਾਲ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ 헤 ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਵਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੱਥੇ ਹੁਣ ਅਸਮਾਨ ਅਸਮਾਨ ਧਿਆਨ ਕਰਨ ਲਈ ਕਿਹਾ ਜਿੰਨਾ ਧਰਮੇ ਸੀਸ ਦੇ ਦਿੱਤੇ ਆਪਣਾ ਆਪਾ ਕੁਰਬਾਨ ਕਰਤਾ ਬੰਦ ਮੰਦ ਵੀ ਘਟਾਰਾ ਭਾਈ ਮਨੀ ਸਿੰਘ ਜੀ ਵੱਲ ਇਸ਼ਾਰਾ ਹੈ ਜਿਨ੍ਹਾਂ ਨੇ ਖੋਪਰੀਆਂ ਲੋਹਾਰੀਆਂ ਭਾਈ ਤਾਰੂ ਸਿੰਘ ਵੱਲ ਇਸ਼ਾਰਾ ਹੈ ਜਿਹੜੇ ਚਰਖਰੀਆਂ ਜਿਹੜੇ ਭਾਈ ਸੁਬੇਕ ਸਿੰਘ ਸ਼ਹਾਬਾ ਸਿੰਘ ਵੱਲ ਇਸ਼ਾਰਾ ਹੈ ਜਿਹੜੇ ਆਰਿਆਂ ਨਾਲ ਚਰਾਏਗਾ ਭਾਈ ਮਤੀ ਦਾਸ ਵੱਲ ਇਸ਼ਾਰਾ ਹੈ ਗੁਰਦੈਵ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਗੁਰਦੁਆਰਾ ਲਹਿਰ ਜਿਹੜੇ ਸ਼ਹੀਦ ਹੋਏ ਭਾਈ ਲਖਮਨ ਸਿੰਘ ਭਾਈ ਦਲੀਪ ਸਿੰਘ ਤੇ ਹੋਰ ਸਿੰਘ ਉਹਨਾਂ ਵੱਲ ਇਸ਼ਾਰਾ ਹੈ ਧਰਮ ਨਹੀਂ ਹਾਰਿਆ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਦ ਤੱਕ ਸਵਾਸ ਰਹਿ ਤਦ ਤੱਕ ਸਿੱਖੀ ਕੇਸਾਂ ਦੇ ਨਾਲ ਨਿਭਾਈ ਸਿੱਖੀ ਨਿਭਾਈ ਤਦ ਤੱਕ ਤਿਨਾਂ ਦੀ ਕਵਾਇਦ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਸੋ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆ ਉਹਨਾਂ ਨੂੰ ਸ਼ਹੀਦਾਂ ਦੇ ਬਰਾਬਰ ਜਿਹਨਾਂ ਧਰਬੇ ਸਹੀ ਦਿੱਤੇਗਾ ਉਹਨਾਂ ਦੇ ਬਰਾਬਰ ਰੱਖ ਕੇ ਅਰਦਾਸ ਚ ਵੀ ਗੱਲ ਕੀਤੀ ਜਾਂਦੀ ਉਹਨਾਂ ਦੀ ਕਿੱਡਾ ਵੱਡਾ ਮਾਣ ਹੈ ਇੱਕ ਵਾਰੀ ਅਰਦਾਸ ਚ ਤੀਜਾ ਪੈਰਾ ਇਹਦੇ ਚ ਸ਼ੀਦਾ ਮਰੀਦਾਂ ਨੂੰ ਯਾਦ ਕਰਦੇ ਆ ਦੂਜਾ ਹਰੀ ਫਿਰ ਕਿਸਾਂ ਦੀ ਯਾਦ ਕੀਤੀ ਗਈ ਆ ਜਦੋਂ ਸਤਗੁਰੂ ਦੇ ਕੋਲੋਂ ਅਰਦਾਸ ਵਿੱਚ ਸਾਡੀ ਪੰਥ ਪ੍ਰਵਾਨਤ ਜਿਹੜੀ ਅਰਦਾਸ ਹੈ ਸਿਰਫਤ ਖਾਲਸਾ ਜੀ ਦੀ ਅਰਦਾਸ ਹੈ ਜਦੋਂ ਦਾਨ ਮੰਗੇ ਜਾਂਦੇ ਨੇ ਬੰਗ ਕੀਤੀ ਜਾਂਦੀ ਹੈ ਕਾਲਪੁਰਖ ਦੇ ਗੋ ਹੇ ਪੰਦੇ ਸਦਾ ਸਹਾਈ ਅਕਾਲ ਪੁਰਖ ਦਾ ਤਾਰ ਜਿਉ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਕਾਲ ਪੁਰਖ ਦਾ ਤਾਰ ਜਦੋਂ ਮੰਗ ਕੀਤੀ ਜਾਂਦੀ ਹੈ ਸਿੱਖਾਂ ਦੇ ਲਈ ਸਰਬਤ ਖਾਲਸੇ ਲਈ ਸਾਰੇ ਸਿੱਖਾਂ ਲਈ ਜਦੋਂ ਮੰਗ ਕੀਤੀ ਜਾਂਦੀ ਹੈ ਤੇ ਉਦੋਂ ਜਦੋਂ ਮੰਗ ਕੀਤੀ ਜਾਂਦੀ ਹੈ ਤੇ ਉਹ ਮੰਗ ਦੇ ਵਿੱਚ ਸਿੱਖੀ ਦਾਣ ਦੇ ਨਾਲ ਹੀ ਕੇਸ ਦਾਣ ਦੀ ਮੰਗ ਕੀਤੀ ਜਾਂਦੀ ਹੈ ਮੈਂ ਪਹਿਲਾਂ ਉਹ ਸਾਝਾ ਕਰ ਰਹਿਣਾ ਆਪਦੇ ਨਾਲ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾ ਦਾਣ ਭਰੋਸਾ ਦਾਣ ਦਾਨਾ ਸਿਰਦਨ ਨਾਮਦਾਨ ਸ੍ਰੀ ਅਮਰਸਰ ਜੀ ਦੇ ਦਰਸ਼ਨ ਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਦਾ ਜਕਾਰ ਬੋਲੋ ਜੀ ਵਾਹਿਗੁਰੂ ਸੋ ਸਿੱਖ ਨੂੰ ਸਿੱਖਿਦਾਨ ਤੇ ਕੇਸਦਾਨ ਤੇ ਕੀ ਏ ਸਤਨ ਜਿੱਥੇ ਸਿੱਖੀਦਾਨ ਮੰਗਿਆ ਨਾਲ ਹੀ ਕੇਸਦਾਨ ਮੰਗ ਲਿਆ ਇਹਦੇ ਵਿੱਚ ਸਿੱਖੀ ਤੇ ਕੇਸਦਾਨ ਬਰਾਬਰ ਹੈ ਇੱਕ ਦੂਜੇ ਦੇ ਬਰਾਬਰ ਰੱਖੀ ਗੀ ਗੱਲ ਸਿੱਖੀ ਤੇ ਕੇਸ ਇੱਕ ਦੂਜੇ ਦੇ ਪੂਰਕ ਆ ਦੋਨੇ ਵੱਖ ਕਰਕੇ ਦੇਖੇ ਨਹੀਂ ਜਾ ਸਕਦੇ ਔਰ ਜੋ ਸਤਗੁਰੂ ਦਾ ਬਚਨ ਹੈ ਨਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਣੀ ਇਹਦੇ ਵਲ ਸਿੱਖ ਸਿੱਖੀ ਦੇ ਕੇਸ ਦੋਵਾਂ ਨੂੰ ਵੱਖਰੇ ਕੀਤਾ ਨਹੀਂ ਜਾ ਸਕਦਾ ਜੇ ਇੱਕ ਚੀਜ਼ ਕਿਦੇ ਪਾਸੇ ਹੋ ਗਈ ਸਿੱਖੀ ਨਿਕਲ ਗਈ ਤੇ ਇਕੱਲੇ ਕੇਸਾਂ ਦਾ ਗੁਰੂ ਦੀ ਨਿਗਾਹ 'ਚ ਕੋਈ ਮੁੱਲ ਨਹੀਂ ਤੇ ਜੇ ਵਿੱਚੋਂ ਕੇਸ ਨਿਕਲ ਗਿਆ ਤੇ ਤੁਸੀਂ ਕਹੀ ਜੋ ਮੈਂ ਸਿੱਖਾਂ ਬਹੁਤ ਵੱਡਾ ਤੇ ਤੁਹਾਡੀ ਸਿੱਖੀ ਦਾ ਕੋਈ ਮੁੱਲ ਨਹੀਂ ਗੁਰੂ ਦੀ ਨਿਗਾਹ 'ਚ ਦੋਵਾਂ ਦਾ ਜੁੜ ਕੇ ਗੁਰੂ ਦੀ ਨਿਗਾਹ 'ਚ ਜੋੜਾ ਹੈ ਸਿੱਖੀ ਕੇਸਾਂ ਦੇ ਨਾਲ ਹੈ ਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਬਾਨ ਜਦ ਤੱਕ ਸਵਾਸ ਚੱਲਦੇ ਨੇ ਤਦ ਤੱਕ ਸਿੱਖੀ ਦੇ ਕੇਸ ਕਾਇਮ ਰਹਿਣ ਜਿਨ੍ਹਾਂ ਨੇ ਅਨੁਭਾਈ ਫਿਰ ਉਹਨਾਂ ਦਾ ਧਿਆਨ ਤਰ ਕੇ ਅਪਰ ਅਰਦਾਸ ਕਿੰਨੇ ਆ ਬੋਲੋ ਜੀ ਵਾਹਿਗੁਰੂ ਦਾ ਧਿਆਨ ਤਰਨ ਦੀ ਗੱਲ ਕੀਤੀ ਗਈ ਆ ਔਰ ਜਿਹਦਾ ਧਿਆਨ ਤਰਿਆ ਜਾਂਦਾ ਨਾ ਉਹਨੂੰ ਰੱਬ ਵਰਗਾ ਸਮਝਿਆ ਜਾਂਦਾ ਉਹਨੂੰ ਰੱਬ ਦਾ ਪੂਰਕ ਹੀ ਸਮਝਿਆ ਜਾਂਦਾ ਉਹਨੂੰ ਰੱਬ ਵਰਗਾ ਹੀ ਸਮਝਿਆ ਜਾਂਦਾ ਉਹਦਾ ਸਤਕਾਰ ਰੱਬ ਵਾਂਗੂ ਹੀ ਕੀਤਾ ਜਾਂਦਾ ਆ ਸੋ ਧਿਆਨ ਤਰ ਕੇ ਉਹਨਾਂ ਦਾ ਬੋਲੋ ਜੀ ਵਾਹਿਗੁਰੂ ਇੱਥੇ ਮੈਂ ਕੱਲ ਬੜੇ ਪਿਆਰ ਨਾਲ ਆਖਣਾ ਚਾਹੁੰਦਾ ਕੋਸ਼ਿਸ਼ ਸੱਜਣਤਾ ਭਲੇਖੇ ਦੇ ਨਾਲ ਅਣਜਾਣੇ ਜਜ਼ ਵਿੱਚ ਭਲੇਖੇ ਨਾਲ ਅਣਜਾਣੇ ਜਜ਼ ਚ ਉਹਨਾਂ ਨੂੰ ਸ਼ਾਇਦ ਸਮਝੀ ਇੰਨੀ ਕੋ ਹੁੰਦੀ ਆ ਸਿੱਖੀ ਸਦੰਤਾ ਦੀ ਕੋਸ਼ਿਸ਼ ਸੱਜਣ ਭਲੇਖੇ ਨਾਲ ਪਰ ਕੋਸ਼ਿਸ਼ ਸੱਜਣ ਜਾਣ ਬੁੱਝ ਕੇ ਭਲੇਖਾ ਪਾਉਣ ਲਈ ਆਮ ਹੀ ਆਖ ਦਿੰਦੇ ਆ ਕਿ ਸਿੱਖੀ ਤਾਂ ਦਿਲ ਦੀ ਹੋਣੀ ਚਾਹੀਦੀ ਆ ਕੱਲੇ ਕੇਸਾਂ ਹੀ ਤਾਂ ਸਿੱਖੀ ਨਹੀਂ ਬੇਸ਼ੱਕ ਕੋਈ ਭਲੇਖੇ ਨਾਲ ਆਖਦਾ ਤੇ ਬੇਸ਼ੱਕ ਭਲੇਖਾ ਪਾਉਣ ਲਈ ਆਖਦਾ ਹੈ ਬੜੀ ਗਲਤ ਗੱਲ ਕਿ ਸਿੱਖੀ ਦਿਲ ਦੀ ਹੋਣੀ ਚਾਹੀਦੀ ਆ ਸਿੱਖੀ ਕੇਸਾਂ ਜੀ ਦਾ ਨਹੀਂ ਭਾਈ ਜੇ ਕੱਲੇ ਕੇਸਾਂ ਵਿੱਚ ਸਿੱਖੀ ਨਹੀਂ ਤੁਹਾਡੀ ਗੱਲ ਮੰਨ ਲਈ ਸਿੱਖੀ ਦੇ ਗੁਣ ਹੋਰ ਨਾਲ ਬਹੁਤ ਨੇ ਪਰ ਕੇਸਾਂ ਤੋਂ ਬਣਾਜੇ ਸਤਗੁਰੂ ਦਾ 47ਵਾਂ ਬਚਨ ਧਿਆਨ ਨਾਲ ਸੁਣ ਲੋਗੇ ਪੰਜ ਕਕਾਰਾਂ ਦੀ ਗੱਲ ਨੂੰ ਜਦੋਂ ਧਿਆਨ ਨਾਲ ਸੁਣ ਲੋਗੇ ਜਿਹੜੀਆਂ ਕ੍ਰਹਿਤਾਂ ਨੇ ਉਹਦੀ ਗੱਲ ਧਿਆਨ ਨਾਲ ਸੁਣ ਲੋਗੇ ਤੇ ਜਿਹੜਾ ਸਾਡਾ ਵਿਰਸਾ ਇਤਿਹਾਸ ਦਾ ਜਿੱਦਾਂ ਸਿੱਖਾਂ ਨੇ ਸਿੱਖੀ ਕੇਸਾਂ ਸਵਾਸਾ ਸੰਗ ਨਵਾਈਆ ਕਿਤੇ ਉਹਨੂੰ ਧਿਆਨ ਨਾਲ ਸੁਣ ਲੋਗੇ ਤੇ ਫਿਰ ਤੁਸੀਂ ਵੀ ਕਹਾਂ ਉੱਠੋਗੇ ਭਾਈ ਸਿੱਖੀ ਕੇਸਾਂ ਤੋਂ ਬਣਦਾ ਤਾਂ ਹੈ ਹੀ ਨਹੀਂ ਸਿੱਖੀ ਕੇਲੇ ਕੇਸਾਂ ਵਿੱਚ ਨਹੀਂ ਸਮਝਦ ਹੋ ਜਾਂਦਾ ਇਸ ਗੱਲ ਨਾਲ ਪਰ ਕੇਸਾਂ ਤੋਂ ਬਣਦਾ ਸਿੱਖੀ ਹੈ ਹੀ ਨਹੀਂ ਸੋ ਸਿੱਖੀ ਦੇ ਕੇਸ ਦੋਨੇ ਇੱਕ ਦੂਜੇ ਦੇ ਪੂਰਕ ਐ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਐ ਇਹ ਬਚਨ ਸਤਗੁਰ ਦਾ 47ਵਾਂ ਬਚਨ ਐ ਅੱਜ ਅਸੀਂ ਤਰਤੀ ਦਾ ਗੱਲ ਕਰ ਲਈਏ ਕਲਗੀਧਰ ਪਾਸ਼ਾ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ 1708 ਸੇ ਸਤਗੁਰ ਜੀ ਜੋਤੀ ਜੋਤ ਸਮਾਏ ਉਸ ਤੋਂ ਬਾਅਦ ਬੰਦਾ ਬਹਾਦਰ ਪੰਜਾਬ ਤੇ ਸਤਗੁਰ ਦਾ ਭੇਜਿਆ ਹੋਇਆ ਆਇਆ ਇਕਦਿ ਖਾਲਸੇ ਦਾ ਰਾਜ ਵੀ ਕਾਇਮ ਹੋ ਗਿਆ ਬਾਅਦ ਬੰਦਾ ਬਹਾਦਰ ਗ੍ਰਫਤਾਰ ਵੀ ਹੋ ਗਿਆ ਨਜ਼ਰਬੰਦ ਕਰ ਦਿੱਤਾ ਗਿਆ ਬੜੇ ਤੁਸੀਂ ਇਹ ਦਿੱਤੇ ਗਿਆ ਉਹਦੇ ਨਾਲ ਦੇ ਸਾਥੀਆਂ ਨੂੰ ਇੱਕੋ ਹੀ ਗੱਲ ਕਹੀ ਜਾਂਦੀ ਰਹੀ ਕਿ ਸਿੱਖੀ ਤੇ ਕੇਸ ਛੱਡ ਦਿਓ ਕੇਸ ਛਡਵਾ ਦਿਓ ਸਿੱਖੀ ਛੱਡ ਦਿਓ ਦੀਨ ਦੇ ਦਾਰੇ 'ਚ ਆ ਜਾਓ ਤੁਹਾਨੂੰ ਮਾਫ ਕਰ ਦਿੱਤਾ ਜਾਵੇਗਾ ਪਰ ਉਹਨਾਂ ਨੇ ਐਸੀ ਪਿਰਤ ਬਾਤ ਦੀ ਇੱਕ ਵੀ ਸਿੱਖ ਨੇ ਨਾ ਕੇਸ ਛੱਡਿਆ ਨਾ ਸਿੱਖੀ ਛੱਡੀ ਸਿੱਖੀ ਤੇ ਕੇਸ ਦੋਨੇ ਇਕੱਠੇ ਚੀਜ਼ਾਂ ਨਾ ਸੇ ਕੇ ਛੱਡੇ ਨਾ ਸਿੱਖੀ ਛੱਡੀ ਤੇ ਕਿੱਦਾਂ-ਕਿੱਦਾਂ ਤਸੀਹੇ ਸਹੇ ਬੰਦੇ ਬਹਾਦਰੀ ਕੀਤੇ ਗੱਲ ਕਰ ਲਏ ਉਹਦੀ ਕਹਿੰਦੇ ਪਹਿਲਾ ਇੱਕ ਕੱਖ ਕੱਢੀ ਗਈ ਫਿਰ ਦੂਜੀ ਕੱਢੀ ਗਈ ਇੱਕ ਕੰਵਢਿਆ ਗਿਆ ਦੂਜਾ ਵਢਿਆ ਗਿਆ ਜਬੂਰਾ ਦੇ ਨਾਲ ਮਾਸ ਨੋਚਿਆ ਗਿਆ ਉਹਦੇ ਬੱਚੇ ਦਾ ਦਿਲ 4 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਉਹਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕਿ ਹੁਣ ਵੀ ਡੋਲੇ ਹੁਣ ਵੀ ਡੋਲੇ। ਪਰ ਨਹੀਂ ਉਹਨੇ ਇੱਕੋ ਗੱਲ ਰੱਖੀ ਸਿੱਖੀ ਕਿਸਮ ਸਵਾਸਾਂ ਨਾਲ ਨਿਭ ਜਾ ਬਾਕੀ ਕੋਈ ਗੱਲ ਨਹੀਂ। ਇਕੱਲੇ ਬੰਦੇ ਬਾਹਰ ਨਹੀਂ ਉਹਦੇ ਨਾਲ ਦੇ ਸਾਰੇ ਸਾਥੀਆਂ ਨੇ। ਤੇ ਉਦੋਂ ਤੋਂ ਲੈ ਕੇ ਗਲਗੀਤਰ ਪਾਸ਼ਾ ਤੋਂ ਲੈ ਕੇ 1716 ਤੋਂ ਜ਼ੁਲਮ ਹੋਣੇ ਸ਼ੁਰੂ ਹੋਏ ਸੀਗੇ ਤੇ ਤਕਰੀਬਨ ਤਕਰੀਬਨ ਜ਼ੁਲਮ ਜਿਹੜੇ ਆ 1766 ਤੱਕ ਤਕਰੀਬਨ 50 ਸਾਲ ਲਗਾਤਾਰ ਹੁੰਦੇ ਰਹੇ। ਘਟਵਾਰ 1796 ਘਟ ਗੜ ਸਮਾਂ ਕਿਹਾ ਏ ਵੱਡੇ ਕੁਲ ਘਾਰੇ ਤੋਂ ਬਾਅਦ ਤੱਕ। ਜਦ ਤੱਕ ਮਿਸਲਾਂ ਦਾ ਰਾਜ ਨਹੀਂ ਦੰਬ ਹੋ ਗਿਆ ਤਦ ਤੱਕ 50 ਸਾਲ ਲਗਾਤਾਰ ਇਹ ਜ਼ੁਲਮ ਹੁੰਦੇ ਰਹੇ ਪਰ ਇਹ ਸਾਰੇ 50 ਸਾਲ ਦੇ ਸਮੇਂ ਦੇ ਵਿੱਚ ਦੁਨੀਆਂ ਦਾ ਕੋਈ ਐਸਾ ਤਸੀਹਾ ਨਹੀਂ ਐਸਾ ਜ਼ਬਰ ਨਹੀਂ ਐਸਾ ਜ਼ੁਲਮ ਨਹੀਂ ਐਸਾ ਤਸ਼ੱਦਦ ਨਹੀਂ ਜਿਹੜਾ ਉਸ ਸਮੇਂ ਦੀ ਸਿੱਖਾਂ ਨੇ ਚੱਲਿਆਣਾ ਹੋਵੇ। ਕਈ ਜਦ ਸੋਚ ਕੇ ਸੋਚ ਕੇ ਕੰਮ ਉਠਦੀ ਤੇ ਕਿ ਡੇਡੇ ਜੁਲਮ ਸਿੱਖ ਨੂੰ ਸਿਰ ਤੋਂ ਲੈ ਕੇ ਜਾਨੀ ਸਾਰਾ ਸਰੀਰ ਆਹੇ ਨਾਲ ਚੀਰਿਆ ਗਿਆ ਸਿੱਖ ਨੂੰ ਰੂਜ ਬਨ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਸਿੱਖ ਨੂੰ ਦੇਗ ਚੋਆ ਲਿਆ ਗਿਆ ਸਿੱਖ ਨੂੰ ਬੰਦ ਬੰਦ ਜਾਨੀ ਭਾਈ ਮਨੀ ਸਿੰਘ ਦੀ ਗੱਲ ਟੋਟੇ ਟੋਟੇ ਕਿਤ ਕਰਕੇ ਜਾਨੀ ਬੰਦ ਬੰਦ ਜੋਰ ਜੋਰ ਕੱਟ ਕੇ ਸ਼ੀਤ ਕੀਤਾ ਗਿਆ ਸਿਕਰੂ ਚੱਕਰੀਆਂ ਜੜ ਕੇ ਸ਼ੀਤ ਕੀਤਾ ਗਿਆ ਸਿੱਖ ਦੇ ਕਹੋ ਜਾਂ ਕੇਸਲਵਾ ਦੇ ਜਾਂ ਖੋਪਰ ਕੱਢਾ ਦੇਣਾ ਹੈ ਖੋਪਰ ਲਾ ਦਿੱਤਾ ਗਿਆ ਕਿਸ ਨੇ ਲੈ ਭਾਈ ਤਾਰੂ ਸਿੰਘ ਦੀ ਗੱਲ ਔਰ ਬੀਬੀਆਂ ਬੀਬੀਆਂ ਕੋਲ ਬੱਚੇ ਖੋ ਲੈਂਦੇ ਗ੍ਰਸਤ ਕੀਤੀਆਂ ਬੀਬੀਆਂ ਤੋਂ ਬੱਚੇ ਖੋ ਕੇ ਅਸਮਾਨ ਵੱਲ ਸੁੱਟਦੇ ਕਹਿੰਦੇ ਬੀਬੀ ਸਿੱਖੀ ਛੱਡ ਰਹੀ ਹੈ ਇੱਕ ਜੀ ਰੱਖੀ ਜਾਣੀ ਜਾਂ ਬੱਚਾ ਰਖਵਾ ਲਈ ਸਿੱਖੀ ਰਖਵਾ ਬੀਬੀ ਕਹਿੰਦੀ ਸਿੱਖੀ ਸਲਾਮਤ ਰਹੇ ਤੇ ਉਹ ਬੱਚਾ ਉਹਦੇ ਕੋਲ ਖੁੰਦੇ ਅਸਮਾਨ ਵਾਲ ਸਿੱਟ ਦੇ ਮੁਰੇ ਬਰਸ਼ਾ ਕਰਕੇ 부ਚ ਲਿੰਦੇ 부ਚ ਕੇ ਪਰਚ ਕੇ ਬੱਚੇ ਨੂੰ ਉਹਦੇ ਬਰਸ਼ੇ ਦੇ ਵਿੱਚ ਫਿਰ ਟੋਟੇ ਟੋਟੇ ਕਰਕੇ ਉਹਦੇ ਹਾਰ ਕਰਕੇ ਬੀਬੀ ਦੇ ਘਰਾਂ ਦੇ ਪਾਸ ਲੈ ਆ ਤੇਰੀ ਸਿੱਖੀ ਸਵਾ ਸਵਾ ਮੰਨ ਦੇ ਬੱਚਿਆਂ ਦੇ ਟੋਟੇ ਹਾਰ ਗਲਾਂ ਵਿੱਚ ਪਵਾ ਕੇ ਪਰਦਾਸ਼ੀ ਜ਼ਿਕਰ ਕਰਦੇ ਆ ਸਵਾ ਸਵਾ ਮੰਨ ਦੇ ਪਿਛਲੇ ਬੀਬੀਆਂ ਕੋਲ ਪਸਾਏ ਜਾਂਦੇ ਪਰ ਕਿਸੇ ਬੀਬੀ ਨੇ ਇਹ ਗੱਲ ਨਹੀਂ ਕਹੀ ਕਿ ਮੈਂ ਸਿੱਖੀ ਛੱਡ ਨਹੀਂ ਮੈਂ ਕੇ ਛੱਡਿਆ ਸਿੱਖੀ ਕਿਸਾਂ ਸਵਾਸਾ ਨਾਲ ਲੱਗ ਜਾਏ ਨਬ ਜਾ ਸਿੱਖੀ ਕਿਸਾਂ ਸਵਾਸਾ ਨਾਲ ਨਬ ਜਾ ਬਸ ਇਹ ਰਾਸਨ ਦੀ ਉਹਨਾਂ ਦੀ ਬੱਚਿਆਂ ਦੇ ਟੋਟੇ ਕਰਵਾ ਕੇ ਸਿੰਘਾਂ ਨੂੰ ਫੜ ਲਿਆ ਜਾਂਦਾ ਉਹਨਾਂ ਦਾ ਅੱਧਾ ਤਰਤੀਜ ਕਰ ਦਿੱਤਾ ਜਾਂਦਾ ਦਾਤੋਂ ਪਣਾੜਾ ਦਿੱਤਾ ਜਾਂਦਾ ਸਿੰਘਾਂ ਨੂੰ ਫੜ ਲਿਆ ਜਾਂਦਾ ਘੋੜਿਆਂ ਮਦਰ ਬੰਨਦਾ ਜਾਂਦੇ ਘੋੜੇ ਦਰਾਈ ਜਾਂਦੇ ਤਰਤੀ ਤੇ ਰਗੜ ਰਗੜ ਕੇ ਮਾਸ ਰਸ ਜਾਂਦਾ ਕਹਿੰਦੀ ਹੱਡੀਆਂ ਰਹਿ ਜਾਂਦੀਆਂ ਪਰ ਸੇ ਕਹਿੰਦਾ ਕਿ ਕੇਸ ਰਾਂ ਨੇ ਚਾਹੀਦੇ ਸਿੱਖੀ ਰਣੀ ਚਾਹੀਦੀ ਆ ਸਖ ਨੂੰ ਫੜ ਲਿਆ ਜਾਂਦਾ ਹਾਥੀ ਦੇ ਪੈਰਾਂ ਥੱਲੇ ਸੁੱਟ ਜਾਂਦਾ ਹਾਥੀਆਂ ਦੇ ਪੈਰਾਂ ਥੱਲੇ ਲਤਾੜ ਦਿੱਤਾ ਜਾਂਦਾ ਪਰ ਸੇ ਕਹਿੰਦਾ ਨਹੀਂ ਸਿੱਖੀ ਚਾਹੀਦੀ ਆ ਕਿ ਚਾਹੀਦਿਆ ਐਡੇ ਜੁਲਮ ਸਹਿ ਕੇ ਵੀ ਸਿੱਖਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਾ ਨਾ ਭਾਈ ਤੇ ਜਦੋਂ ਕੋਈ ਐਡੇ ਜੁਲਮਾਂ ਦੇ ਸਾਹਮਣੇ ਨਹੀਂ ਪਿੰਡ ਚ ਛਾੜ ਸਕਦੇ ਨਹੀਂ ਸ਼ਹਿਰ ਛਾੜ ਜਮੀਨਾਂ ਛਾੜਤੀਆਂ ਕਾਰ ਛਾੜ ਤੇ ਪਿੰਡ ਛਾੜ ਦਿੱਤੇ ਸ਼ਹਿਰ ਛਾੜ ਦਿੱਤੇ ਜੰਗਲਾਂ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਪਰ ਸਿੱਖੀ ਕੇਸਾਂ ਸਵਾਸਾਂ ਸੰਗ ਰੱਖੀ ਇਹ ਪਛਾਣ ਨਹੀਂ ਖਤਮ ਕੀਤੀ ਆਪਣੀ ਕੇਸਾਂ ਲਈ ਪਛਾਣ ਨਹੀਂ ਖਤਮ ਕੀਤੀ ਸਿੱਖੀ ਰੱਖੀ ਕੇਸਾਂ ਲਈ ਪਛਾਣ ਕਾਇਮ ਰੱਖੀ ਕਿਛੀ ਸਿੱਖੀ ਕਿਸ ਸਾਸ ਸਾਨ ਨਾਲ ਨਵਾਈ ਇਹ ਸਾਡਾ ਇਤਿਹਾਸ ਆ ਉਹ ਤੇ ਜੇ ਇਸ ਇਤਿਹਾਸ ਦੇ ਸਾਹਮਣੇ ਹੋ ਕੇ ਵੀ ਕੋਈ ਕਾਹੇ ਫਾਇਨੇ ਸਿੱਖੀ ਤਾਂ ਦਿਲ ਦੀ ਹੋਣੀ ਜਾਈਦੀ ਤੇ ਦਿਲ ਦੀ ਸਿੱਖੀ ਤਾਂ ਉਹ ਬਾਹਰ ਲਾ ਕੇ ਵੀ ਰੱਖ ਸਕਦੇ ਸੀ ਸੌਖ ਸੌਖ ਦੀ ਸਿੱਖੀ ਹੋ ਗਈ ਨਾ ਫਿਰ ਕਿਸ ਕੱਟਦੇ ਦਿਲ ਦੀ ਸਿੱਖੀ ਰੱਖਦੇ ਵਾਰ ਵਾਰ ਵੀ ਰੱਖ ਸਕਦੇ ਸੀ ਨਹੀਂ ਉਹਨਾਂ ਨੇ ਸਾਡੇ ਲਈ ਪੂਰਨੇ ਪਾਤੇ ਕਿ ਸਾਡੇ ਲਈ ਗੁਰੂ ਦਾ ਬਚਨ ਵੱਡੀ ਗੱਲ ਆ ਗੁਰੂ ਨੇ ਵਜਨ ਕਰ ਦਿੱਤਾ ਇੱਕ ਕਾਰਾ ਦੇ ਵਿੱਚ ਵੀ ਕੇਸ ਰੱਖਣੇ ਆ ਕਰਤਾਂ ਦੇ ਵੀ ਵਜਨ ਕਰ ਦਿੱਤਾ ਕਿ ਰੋਮਾਂ ਦੀ ਬੇਬੀ ਨਹੀਂ ਕਰਨੀ ਕੇਸ ਨਹੀਂ ਕੱਟਣੇ ਤੇ ਨਹੀਂ ਕੱਟੇ ਅਸੰਤਾਲਵਾਂ ਬਚਨ ਜਿਹੜਾ ਇਹਦੇ ਵਿੱਚ ਵੀ ਗੱਲ ਕਰਤੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਤੇ ਉਹ ਵੀ ਗੱਲ ਕੀਤੀ ਸਰ ਸੋਨਾ ਸਿੱਖਾਂ ਤੋਂ ਆਪਾਂ ਸੇਧ ਲੈਣੀ ਆ ਮੈਨੂੰ ਭਾਈ ਸ਼ਵੇਕ ਸਿੰਘ ਸ਼ੁਭਾਸ਼ ਸਿੰਘ ਦੋਨੇ ਪਿਓ ਪੁੱਤ ਜਿਆਦਾ ਆ ਰਹਾ ਫੜ ਲਿਆ ਉਹਨੂੰ ਜ਼ਕਰਿਆ ਖਾਨ ਨੇ ਪੜ ਕੇ ਕਹਿਰ ਕਰ ਦਿੱਤਾ ਗਿਆ ਬੜੇ ਸਿਆਣੇ ਹੋ ਦੋਨੇ ਤੁਸੀਂ ਪਿਓ ਪਤ ਬੜੇ ਸੁਨੱਖੇ ਹੋ ਬੜੇ ਸਿਆਣੇ ਹੋ ਬੜਾ ਨਾਮਣਾ ਹੈ ਤੁਹਾਡਾ ਬੜੀ ਤੁਹਾਡੀ ਪੁਸ਼ਪ ਪ੍ਰਤੀਤ ਹੈ ਬੜੇ ਪਤਵੰਤੇ ਹੋ ਪਿਛੇ ਵੇਖਣ ਕੁਤਵਾਲ ਰਿਹਾ ਸੀਗਾ ਲਾਹੌਰ ਦਾ ਵੱਡਾ ਵਪਾਰੀ ਸੀ ਵੱਡਾ ਠੇਕੇਦਾਰ ਸੀ ਵੱਡਾ ਨਾਮਣੇ ਵਾਲਾ ਸੀ ਬਹੁਤ ਸਿਆਣਾ ਸੀ ਬਹੁਤ ਸਮਝਦਾਰ ਸੀ ਤੁਸੀਂ ਦੀਨ ਦੇ ਦਾਰੇ ਚ ਆ ਜਾਓ ਇੱਕ ਕੇਸ ਕੱਟਣੇ ਨੇ ਦੂਜੇ ਸਿੱਖੀ ਛੱਡਦੇ ਸ਼ੁਭੇਕਤਾਂ ਸੁਭਾਸ਼ ਨੇ ਲਾਲਚ ਦਿੱਤੇਗਾ ਤੂੰ ਲਾਹੌਰ ਦਾ ਕਤਵਾਲ ਸਾਹਿਬ ਤੈਨੂੰ ਇਦੋਂ ਵੱਡਾ ਉੱਚਾ ਉੱਚਾ ਦਰਜਾ ਦਿੱਤਾ ਜਾਵੇਗਾ ਤੈਨੂੰ ਸਾਰੀ ਠੇਕੇਦਾਰੀ ਦਿੱਤੀ ਜਾਵੇਗੀ ਤੇਰੀ ਟੌਹਰ ਹੈਗੀ ਪੂਰੀ ਦੀ ਪੂਰੀ ਤੂੰ ਸਾਡਾ ਮੁਖ ਪ੍ਰਚਾਰਕ ਵੀ ਹੋਏਗਾ ਮੁਖ ਬਲਾੜਾ ਵੀ ਹੋਏਗਾ ਪਰ ਸਾਰੇ ਲਾਲਚਾਂ ਨੂੰ ਵੀ ਲੱਤ ਮਾਰ ਦਿੱਤੀ ਤੇ ਜਿਹੜੇ ਤਸੀਹੇ ਦਿੱਤੇ ਉਹ ਵੀ ਜਰਲਾ ਚਰਖਰੀਆਂ ਦੇ ਵਿਚਾੜਿਆ ਗਿਆ ਪਰ ਇੱਕੋ ਮਨ ਚ ਹੋਕ ਨਿਕਲੀ ਸਿੱਖੀ ਕੇਸਾਂ ਸਵਾਸਾ ਨਾਲ ਨਭ ਜਾਵੇ ਤਨਵਾਈ ਵੀ ਇਹੀ ਭਾਈ ਤਾਰੂ ਸਿੰਘ ਨੇ ਕੀਤਾ ਕਿ ਡਿੱਗ ਡਿੱਗ ਤੁਸੀਂ ਇਹ ਦਿੱਤੇਗਾ ਪਰ ਖੋਪਰ ਲਾ ਹੋਣਾ ਮਨਜ਼ੂਰ ਕਰ ਲਿਆ ਕੇਸ ਨਹੀਂ ਘਟਣ ਦਿੱਤੇ ਪਰ ਸਤਿਆ ਕੀ ਦੀ ਹੈ ਜਦੋਂ ਤੂੰ ਸਿੱਖੀ ਤੇ ਧਾਰ ਜਾਂਦੇ ਹੋ ਫਿਰ ਸਤਿਆ ਕੀ ਦੀ ਹੈ ਗੁਰੂ ਬਖਸ਼ਿਸ਼ ਕੀ ਦੀ ਕਰਦਾ ਆਪਣੀ ਜੁੱਤੀ ਨਾਲ ਲਾ ਕੇ ਜਕਰੀਆ ਖਾਨ ਨੂੰ ਲੈ ਕੇ ਗਿਆ ਖੋਪਰੀ ਲੱਥੀ ਦੇ ਵੀ ਬਾਅਦ 22 ਦਿਨ ਜਿਵਿਆ 21 ਦਿਨ ਜਕਰੀਆ ਖਾਨ ਗਿਆ ਤੇ ਅਗਲੇ ਦਿਨ ਆਪ ਸਰੀਰ ਤੇ ਆ ਗਿਆ ਇਹ ਸਤਿਆ ਵੀ ਹੈ ਇਸ ਤੇ ਬੋਲਾ ਜੀ ਵੀ ਸਤਿਆ ਆਉਂਦੀ ਹੈ ਅਰ ਅੱਪਾ ਸ਼ਾਹ ਸੋਚਦੇ ਹੋਈਏ ਕਿ ਸਾਬਤ ਸੂਰਤ ਰਹਿਣ ਦੀ ਗੱਲ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੋਂ ਆਖੀ ਗਈ ਨਹੀਂ ਇਹ ਗੱਲ ਗੁਰੂ ਨਾਨਕ ਦੇ ਵੇਲੇ ਤੋਂ ਆਖੀ ਜਾਂਦੀ ਸੀ ਕਿ ਜਿੱਦਾਂ ਦੀ ਸੂਰਤ ਕਾਲਪੁਰਖ ਨੇ ਦਿੱਤੀ ਹੈ ਉਦਾਂ ਦੀ ਸੂਰਤ ਰੱਖਣੀ ਹੈ ਇਹਨੂੰ ਭੰਡਣਾ ਨਹੀਂ ਸਾਬਤ ਸੂਰਤ ਰੱਬ ਦੀ ਭੰਨੇ ਬੇ ਇਮਾਨ ਹੋ ਬੇ ਇਮਾਨ ਹੋ ਜਾਂਦਾ ਹੈ ਇਮਾਨ ਤੋਂ ਸਖਣਾ ਹੋ ਜਾਂਦਾ ਹੈ ਲੋਕ ਜਿਹੜਾ ਸੂਰਤ ਪੜ੍ਹ ਲੈਂਦਾ ਹੈ ਉਹ ਮੁਸਲਮਾਨਾਂ ਨੂੰ ਵੀ ਗੱਲ ਗੁਰੂ ਨਾਨਕ ਨੇ ਆਖੀ ਸੀ ਸਾਬਤ ਸੂਰਤ ਦਸਤਾਰ ਸਰਾ। ਔਰ ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਗੱਲ ਆਖੀ ਜਾਂਦੀ ਸੀ ਦੀ ਅਗਵਾਈ ਸਾਡੇ ਕੋਲ ਮਿਲਦੀ ਭਾਈ ਬਾਲੇਵਾਲੀ ਜਨਮ ਸਾਖੀ ਦੇ ਵਿੱਚ ਗੁਰਨਾਨਕ ਦਾ ਉਪਦੇਸ਼ ਗੁਰਨਾਨਕ ਦਾ ਨੁਮਾਇੰਦਾ ਬਣ ਕੇ ਭਾਈ ਮਰਦਾਨਾ ਜੀ ਨੂਰ ਨਾਮ ਦੇ ਇੱਕ ਜਗਿਆਸੂ ਨੂੰ ਆਖਦਾ ਏ ਕਿ ਜੇ ਤੂੰ ਬਾਹਰੀ ਰਹਿਤ ਨਹੀਂ ਰੱਖ ਸਕਦਾ ਤੇ ਤਿੰਨ ਗੱਲਾਂ ਕਾਇਮ ਰੱਖੀਏ ਜ਼ਰੂਰੀ ਨੇ ਸਿੱਖੀ ਦੇ ਵਿੱਚ। ਗੁਰਾਨ ਦੇ ਦੀ ਬਖਸ਼ਿਸ਼ ਲੈਣ ਦੇ ਲਈ ਤਿੰਨ ਗੱਲਾਂ ਜ਼ਰੂਰੀ ਨੇ ਤਿੰਨ ਗੱਲਾਂ ਕੈਮਰਾ ਖੀ ਤੇ ਭਾਈ ਮਰਦਾਨਾ ਜੀ ਨੂਰ ਨੂੰ ਸ਼ਬਦਨੋ ਕੇ ਕਹਿੰਦੇ ਨੇ ਭਾਈ ਬਾਲੇ ਦੀ ਜਨਮ ਸਾਖੀ ਦੇ ਵਿੱਚ ਐ ਔਰ ਭਾਈ ਮਰਦਾਨਾ ਜੀ ਕਹਿੰਦੇ ਨੇ ਮੈਂ ਹੂ ਬੂ ਸ਼ਬਦ ਉਹ ਕਹਿ ਰਹੇ ਜੋ ਭਾਈ ਮਰਦਾਨੇ ਦੀ ਭਾਈ ਬਾਲੇ ਦੀ ਸਾਖੀ ਜੀ ਲਿਖਿਆ ਭਾਈ ਮਰਦਾਨੇ ਦੇ ਮੁਖਾਰਬਤ ਨਾਲ ਜੁੜ ਕੇ ਕਿ ਤਿੰਨ ਬਾਤਾਂ ਦੋ ਕਰਨ ਸਿਰ ਤੇ ਕੇਸ ਰੱਖਣੇ ਦੂਜਾ ਪਿਛਲੀ ਦਾਤ ਸਤਨਾਮ ਦਾ ਜਾਪ ਜਪਣਾ ਤੀਸਰਾ ਇਹ ਕਿ ਸਾਧ ਸੰਤ ਆਮਦੇ ਜਾਮਦੇ ਦੀ ਸੇਵਾ ਟਹਿਲ ਕਰਨੀ ਕਿਰਤੋਂ ਪਹਿਲਾਂ ਕਰਦਾ ਸੀ ਨੂਰ ਵਪਾਰੀ ਸੀ ਕਿਰਤਾਂ ਕਰਦਾ ਸੀ ਪਹਿਲਾਂ ਪਰ ਉਹ ਨਾਲ ਇਹ ਉਪਦੇਸ਼ ਦੇ ਦਿੱਤੇ ਤਿੰਨ ਉਪਦੇਸ਼ ਦੇ ਦਿੱਤੇ ਮਰਦਾਨੇ ਨੇ ਗੁਰਨਾਨਕ ਸਾਹਿਬ ਜੀ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਗੁਰਨਾਨਕ ਸਾਹਿਬ ਦੇ ਨੁਮਾਇंदे ਹੋਣ ਦੇ ਨਾਤੇ ਗੁਰਨਾਨਕ ਸਾਹਿਬ ਨਾਲ ਅਕਸਰ ਧਾਕਿਆਂ ਤੋਂ ਨਾਲ ਨਾਲ ਤੁਰੇ ਸਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੱਕ ਦਿੱਤੇ ਉਹਦੇ ਸਿਰ ਦੇ ਉੱਤੇ ਕਿ ਮੇਰਾ ਭਾਈ ਮਰਦਾਨਾ ਮੇਰਾ ਹੀ ਰੂਪ ਕਰਕੇ ਜਾਣੇ ਉਹ ਤੇ ਭਾਈ ਮਰਦਾਨਾ ਭਾਈ ਬਾਲੇ ਵਾਲੀ ਜਨਮ ਸਾਖੀ ਚ ਆਖਦਾ ਹੈ ਨੂਰ ਨੂੰ ਸਬੋਧਨ ਹੋ ਕੇ ਜਗਿਆਸੂ ਹੈ ਤਿੰਨ ਬਾਤਾਂ ਤੂੰ ਕਰ ਸਿਰ ਤੇ ਕੇਸ ਰੱਖਣੇ ਦੂਜਾ ਪਿਛਲੀ ਦਾਤ ਸਤਨਾਮ ਦਾ ਜਾਪ ਜਪਣਾ ਤੀਸਰਾ ਹੈ ਕਿ ਸਾਧ ਸੰਤ ਆਮਦੇ ਜਾਮਦੇ ਦੀ ਸੇਵਾ ਟਹਿਲ ਕਰਨੀ ਸੇਵਾ ਟਹਿਲ ਕਰਨੀ ਆਮਦੇ ਜਾਮਦੇ ਸਾਧ ਸੰਤ ਦੀ ਦੁਸ਼ਮਣ ਨਿਕਲਣ ਵਾਲੀ ਗੱਲ ਹੋ ਗਈ ਬਾਣੇ ਛਕਣ ਵਾਲੀ ਗੱਲ ਹੋ ਗਈ ਕਿਰਤੋਂ ਪਹਿਲਾਂ ਕਰਦਾ ਸੀ ਨਾਮ ਜਪਣਾ ਵਾਲੀ ਗੱਲ ਹੋ ਗਈ ਅੱਧੀ ਦੱਤੀ ਉੱਠ ਕੇ ਜਿਹੜਾ ਸਤਨਾਮ ਦਾ ਜਾਪ ਜਪਣਾ ਹੈ ਤੇ ਕੇਸ ਰੱਖਣੇ ਸਿੱਖੀ ਦੀ ਨਿਸ਼ਾਨੀ ਹੋ ਗਈ। ਗੁਰਨਾਨਕ ਦਾ ਸਿੱਖ ਬਣ ਜਾਏਗਾ ਤੂੰ। ਗੁਰਨਾਨਕ ਦੀ ਬਖਸ਼ਿਸ਼ ਦਾ ਪਾਤਰ ਹੋ ਜਾ ਤਿੰਨ ਗੱਲਾਂ ਹੀ ਕਰ ਬਸ। ਇਹ ਭਾਈ ਮਰਦਾਨਾ ਜੀ ਕਹਿੰਦਾ ਇੱਥੋਂ ਕੀ ਮਿਲਦਾ ਕਿ ਗੁਰਨਾਨਕ ਦੀ ਬਖਸ਼ਿਸ਼ ਦਾ ਪਾਤਰ ਹੋਣ ਲਈ ਉਦੋਂ ਵੀ ਕੇਸ ਰੱਖਣੇ ਪੈਂਦੇ ਸੀ। ਗੁਰਨਾਨਕ ਦਾ ਬਣਨ ਦੇ ਲਈ ਗੁਰਨਾਨਕ ਵਾਲਾ ਬਣਨ ਦੇ ਲਈ ਗੁਰੂ ਵਾਲਾ ਬਣਨ ਦੇ ਲਈ ਉਦੋਂ ਵੀ ਕੇਸ ਰੱਖਣੇ ਪੈਂਦੇ ਸੀ ਔਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਤੇ ਗੁਰਬਾਣੀ ਚੋਂ ਪ੍ਰਗਟ ਹੁੰਦਾ ਕਿ ਜਿਹੜੇ ਸਾਡੇ ਸਾਰੇ ਸਤਿਗੁਰੂ ਨੇ ਕੇਸਾਧਾਰੀ ਸੀ ਤਾਂ ਹੀ ਕੇਸਾਂ ਦੀ ਤੁਸ਼ਬੀਹ ਇਹ ਹੋਊਗੀ ਆਪਣੇ ਨਾਲ ਜੋੜ ਕੇ ਜੇ ਕੇਸਾਧਾਰੀ ਹੋਣਗੇ ਤਾਂ ਆਪਾਂ ਇਤਿਹਾਸ ਪੜਿਆ ਗੁਰੂ ਰਾਮਦਾਸ ਨੇ ਬਾਬਾ ਸ਼੍ਰੀਚੰਦ ਨੂੰ ਆਖਿਆ ਸੀ ਨਾ ਉਹ ਕਹਿੰਦੇ ਕਾਹਦੇ ਲਈ ਐਡਾ ਵੱਡਾ ਦਾੜਾ ਰੱਖਿਆ ਉਹ ਕਹਿੰਦੇ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਛਾੜਨ ਦੇ ਪਰ ਇਹ ਗੱਲ ਕਹੀਂ ਨਹੀਂ ਸਿਰਫ ਇਹ ਗੱਲ ਗੁਰੂ ਰਾਮਦਾਸ ਜੀ ਦੇ ਜੀਵਨ ਦਾ ਹਿੱਸਾ ਵੀ ਹੈ ਤੇ ਗੁਰੂ ਰਾਮਦਾਸ ਨੇ ਗੁਰਬਾਣੀ ਚ ਵੀ ਕਰ ਦਿੱਤੀ ਹੈ ਗੁਰਾਮਦਾਸ ਜੀ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1335 ਦੇ ਉੱਤੇ ਪ੍ਰਭਾਤੀ ਰਾਗ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਦਾ ਮਹਾਵਾਕ ਹੈ ਉਹ ਕਹਿੰਦੇ ਨੇ ਹਰ ਹਰ ਨਾਮ ਦ੍ਰਿੜਾਇੋ ਗੁਰਮੀਠਾ ਗੁਰਪਗ ਝਾਰੇ ਹਮ ਵਾਲ ਕਿ ਗੁਰੂ ਦੇ ਪੈਰਾਂ ਨੂੰ ਅਸੀਂ ਵਾਲਾਂ ਦੇ ਆਪਣੇ ਵਾਲਾਂ ਦੇ ਨਾਲ ਝਾੜਦੇ ਹਾਂ ਕਿੰਦੀ ਨਿਮਰਤਾ ਸਿਖਰ ਦੀ ਨਿਮਰਤਾ ਪਰ ਤਾਂ ਇਹ ਗੱਲ ਕਿਹਾ ਹੋਈ ਨਾ ਜੇ ਵਾਲ ਹੈ ਜੇ ਕੇਸ ਹੈ ਤਾਂ ਔਰ ਇਹ ਕੱਲੇ ਗੁਰੂ ਰਾਮਦਾਸ ਪਾਤਸ਼ਾਹ ਹੀ ਨਹੀਂ ਇਹ ਗੁਰੂ ਅਰਜਨ ਦੇ ਪਾਤਸ਼ਾਹ ਵੀ ਕਹਿੰਦੇ ਨੇ ਕੇਸ ਸੰਗ ਦਾਸ ਪਗ ਝਾੜ ਨੂੰ ਇਹ ਮਨੋਰਥ ਮੋਰ ਕਿ ਮੈਂ ਹਰੀ ਦੇ ਦਾਸਾਂ ਦੇ ਪੈਰਾਂ ਦੀ ਝਾੜਨਾ ਕੇਸਾਂ ਦੇ ਨਾਲ ਕਰਾਂ ਇਮ ਨੋਰਥ ਮੋਰ ਇਸ ਨੂੰ ਸਿੱਖਿਆ ਦੇਣ ਦੇ ਲਈ ਨਿਮਰਤਾ ਦੀ ਸਿੱਖਿਆ ਦੇਣ ਲਈ ਔਰ ਪੰਜਵੇਂ ਪਾਸ਼ੇ ਵਿੱਚ ਸੂਈ ਦਾਗ ਦੇ ਵਿੱਚ ਫਿਰ ਦੁਹਰਾ ਕੇ ਕਹਿੰਦੇ ਕੇਸਾਂ ਕਰ ਕਰ ਬੀਜਨਾ ਸੰਤ ਚੌਰ ਢਲਾਵੂ ਕੇਸ ਇਸ ਕਰਕੇ ਰੱਖੇ ਨੇ ਕੇਸਾਂ ਕਾ ਕਰ ਬੀਜਨਾ ਸੰਤ ਚੌਰ ਢਲਾਵੂ ਕੇਸ ਇਸ ਕਰਕੇ ਰੱਖਿਆ ਕਿ ਸੰਤਾਂ ਦੇ ਸਿਰ ਦੇ ਉੱਤੇ ਇਹਨਾਂ ਦਾ ਚੌਰ ਬਣਾ ਕੇ ਢਲੇ ਜਾ ਸਕੇ ਚਲਾਇਆ ਜਾ ਸਕੇ ਕਿੰਡੀ ਗੱਲ ਕੀਤੀ ਨਾਮ ਜਪਣ ਵਾਲੇ ਸਤਗੁਰੂ ਪਰ ਕੇਸਾਂ ਦੀਆਂ ਉਧਾਰਨਾਵਾਂ ਨੇ ਉਹ ਇਸ ਗੱਲ ਨੂੰ ਮੈਂ ਥੋੜਾ ਸਪਸ਼ਟ ਕਰਾਂ ਨੇੜੇ ਕਰਾਂ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਕਵੀਆਂ ਚ ਇੱਕ ਕਵੀ ਬੜਾ ਨਾਮਨੇ ਵਾਲਾ ਕਵੀ ਕਵੀ ਸਨਾਪਤ ਜਿਨੇ ਇਤਿਹਾਸ ਲਿਖਿਆ ਸਾਰਾ ਉਸ ਸਮੇ ਦਾ ਉਹਦੀ ਰਚਨਾ ਪੜਨ ਵਾਲੀ ਹੈ ਸ਼੍ਰੀ ਗੁਰੂ ਸ਼ੋਭਾ ਆਪਾਂ ਸ਼੍ਰੀ ਗੁਰੂ ਸ਼ੋਭਾ ਦੇ ਕਹਿੰਦੇ ਨੇ ਰਚਨਾ ਨੂੰ ਕੁਛ ਉਹਦੇ ਉਤਾਰੇ ਜਿਹੜੇ ਨੇ ਉਹ ਸ਼੍ਰੀ ਗੁਰੂ ਸਿੰਘ ਸ਼ੋਭਾ ਦੇ ਨਾਂ ਤੇ ਵੀ ਛਪੇ ਨੇ ਕੁਛ ਉਹਦੇ ਉਤਾਰੇ ਸਿੰਘ ਸ਼ੋਭਾ ਦੇ ਨਾਂ ਤੇ ਵੀ ਛਪੇ ਨੇ ਮੈਂ ਉਹਦੇ ਆਬਜ ਦੇ ਕਹਿ ਕੇ ਖਮਾ ਜਾਂਚ ਦਾ ਕਰ ਜਾਣੀ ਹੈ ਉਹ ਕਹਿੰਦਾ ਕਿ ਕਲਗੀਧਰ ਪਾਤਸ਼ਾਹ ਦਾ ਜਿਹੜਾ ਬਚਨ ਹੈ ਮੋ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਵੀ ਸੈਨਾਪਤੀ ਕਹਿੰਦਾ ਆਪਣੀ ਰਚਨਾ ਦੇ ਵਿੱਚ ਕਹਿੰਦਾ ਹੈ ਸ੍ਰੀ ਗੁਰੂ ਸਿੰਘ ਸੋਭਾ ਦੇ ਵਿੱਚ ਕਹਿੰਦਾ ਹੈ ਉਹ ਕਹਿੰਦਾ ਬਚਨ ਕੀਓ ਕਰਨਹਾਰ ਕਰਨਹਾਰ ਮਨਾ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਦੇ ਬਚਨ ਕੀਓ ਕਰਨਹਾਰ ਸੰਤਨ ਕੀਓ ਵਿਚਾਰ ਸਾਰੀ ਸੰਗਤ ਉਹਨਾਂ ਆਲਦ ਵਾਲੇ ਬੈਠੀ ਆ ਜਿਹੜੇ ਗੁਰਸਿੱਖ ਉਹਨਾਂ ਨੇ ਵਿਚਾਰ ਕੀਤੀ ਹੈ ਬਚਨ ਕੀਓ ਕਰਨਹਾਰ ਸੰਤਨ ਕੀਓ ਵਿਚਾਰ ਸੁਪਣਾ ਸੰਸਾਰ ਜਾਣ ਕਾਹੇ ਲਪਟਾਈਏ ਵਿਖਿਆਸੋ ਤਸਨੇ ਸਤਗੁਰ ਕੀ ਸਿੱਖ ਲੈ ਬਿਨਸ਼ੇਸ਼ਨ ਮੈਂ ਦੇ ਜੰਪੂਰ ਨਾ ਜਾਈਏ ਸੀਸ ਦਾ ਮਡਾਵ ਉਮੀਤ ਹੁੱਕਾ ਤਜ ਭਲੀਤ ਮਨ ਮੇ ਕਰ ਪ੍ਰੇਮ ਪ੍ਰੀਤ ਸੰਗਤ ਮੈਂ ਜਾਈਏ ਜੀਵਨ ਦਿਨ ਚਾਰ ਸਮਝ ਦੇਖ ਬੂਝ ਵਿਚਾਰ ਵਾਹ ਗੁਰੂ ਗੁਰੂ ਜੀ ਦਾ ਖਾਲਸਾ ਕਮਾਈਏ ਇਹਦੇ ਵਿੱਚ ਜਿਹੜੀ ਤੀਜੀ ਪੰਕਤੀ ਹੈ ਨਾ ਸੀਸ ਦਾ ਮਡਾਵ ਉਮੀਤ ਕਿ ਇੱਕ ਸ਼ਰਤ ਹੈ ਕਿ ਕੇਸਾਂ ਨੂੰ ਮਨਾਉਣਾ ਨਹੀਂ ਸੀਸਨਾ ਮੰਡਾ ਵੀਤ ਮੁੰਡਣਾ ਨਹੀਂ ਦੂਜੀ ਗੱਲ ਹੁੱਕਾ ਤੱਜ ਭਲੀ ਦੀ ਤ ਹੁੱਕੇ ਵਰਗੇ ਨਸ਼ਾ ਤਿਆਗ ਦੇਣਾ ਹੈ ਮਨ ਮੈਂ ਕਰ ਪ੍ਰੇਮ ਪ੍ਰੀਤ ਸੰਗਤ ਮੈਂ ਜਾਈਏ ਪ੍ਰੇਮ ਪ੍ਰੀਤ ਨਾਲ ਜਦੋਂ ਸੰਗਤ ਚ ਜਾਵੇਂਗਾ ਤੇ ਫਿਰ ਇਹ ਗੱਲ ਸਮਝ ਲਾ ਕੇ ਜਿਹੜੀ 4 ਦਿਨ ਦੀ ਤੇਰੀ ਜ਼ਿੰਦਗੀ ਹੈ ਇਹ ਵੀ ਸੁਖੀ ਬੀਤ ਜਾਏਗੀ ਤੇ ਗੁਰੂ ਦਾ ਖਾਲਸਾ ਕਾ ਹੁੰਦਾ ਹੈ ਤੇਰਾ ਪਰਲੋਕ ਵੀ ਸਮਰ ਜਾਏਗਾ ਸੋ ਕਲਗੀਧਰ ਪਾਸ਼ਾ ਦਾ ਇਹ 77ਵਾਂ ਬਚਨ ਹੈ ਕਿ ਸਿੱਖੀ ਕੈਸਾ ਸਵਾਸਾਂ ਸੰਗ ਨਿਵਾਣੀ ਸਤਿਗੁਰ ਦਾ ਬਚਨ ਮੰਨਿਏ ਜੀ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਖਿਮਾ ਜਾ ਚਰਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ